ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਦੇ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕੇਵ ਸਚਿਆਰਾ ਹੋਈਐ ਕੇਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਰਾ ਕਥੀ ਨਾ ਆਵੈ ਤੋਟ ਕਾਥੇ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੈ ਮੰਗੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦੁਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਓੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨੋ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਉਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸੇਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਉਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਤਰੇ ਨਾਨਕ ਨਿਰਗੁਣੇ ਗੁਣ ਕਰੇ ਗੁਣਵੰਤਿਆਂ ਗੁਣ ਦੇ ਇਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸੁਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਵਰ ਵਰਮਾ ਇੰਦੋ ਸੁਣਿਆ ਮੁਖਸਾ ਲਾਹਣ ਮਨ ਦੋ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸੜਕਾ ਇਸਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਹੈ ਮੰਨੈ ਸਗਲ ਭੁਣ ਕੀ ਸੁਧ ਹੈ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸਿਓਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਇੱਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦੇ ਆਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਆ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀ ਆਓ ਕੁਦਰਤ ਕਮਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
ਜੋ ਤੁਧ ਭਾਵੈ ਸਾਜ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮੋਹ ਪਕਸਾਰ, ਅਸੰਖ ਮੌਨ ਅਲੇ ਵਲਾਏ ਤਾਰ, ਕੁਦਰਤ ਕਵਣ ਕਹਾਂ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਜ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਚ ਮਲ ਭਖ ਕਾਹੇ, ਅਸੰਖ ਨਿੰਦਕ ਸਿਰ ਕਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਜ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਬਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ, ਜੇ ਫਰਮਾਏ ਤੇ ਤਿਬਾਹੇ, ਜੇ ਤਾਂ ਕੀਤਾ ਤੇ ਤਾਂ ਨਾਓ, ਵਿਣ ਨਾਵੈ ਨਾਹੀ ਕੋਤਾਓ, ਕੁਦਰਤ ਕਵਣ ਕਹਾਂ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਪਰੋਂ ਸੋਖੇ, ਹੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ, ਭਰੀਆ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿੱਤੇ ਕਵਣ ਵਾਰੋ, ਕਵਣ ਸੇ ਰੁੱਤੀ ਮਾਹੋ, ਕਵਣ ਜਿਤ ਹੋਆ ਆਕਾਰੋ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਯੋਗੀ ਜਾਣ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸੇਠੀ ਕਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਜ, ਕੀਤਾ ਜਾ ਕਹਿ ਹੋਵੈ, ਨਾਨਕ ਜੇ ਕੋ ਆਪਾ ਜਾਣਾ, ਅੱਗਾ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ, ਆਗਾਸ ਆਇਆ ਆਗਾਸ, ਓੜ ਕੋੜ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਸ ਅਠਾਰਾ ਕਹਿਣ ਕਿਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਆ, ਲੇਖਾ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੇ, ਇੱਤੀ ਸੁਰਤ ਨਾ ਪਾਈਆ, ਨਦੀਆਂ ਤੈ ਵਾਹ, ਪਵੈ ਸਮੁੰਦ ਨਾ ਜਾਣੀਆਂ ਹੈ, ਸਮੁੰਦ ਸਾਹ ਸੁਲਤਾਨ, ਗ੍ਰਹਿ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰਾਏ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਹਾ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਆ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੱਡ ਉੱਚਾ ਹੋਵੈ ਕੋਏ, ਤੇ ਉੱਚੇ ਕਹੋ ਜਾਣੈ ਸੋਏ, ਜੇ ਵੜ ਆਪ ਜਾਣਾ ਆਪ ਆਪੇ, ਨਾਨਕ ਨਦਰੀ ਕਰਮੀ ਦਾਤੇ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤੇਲ ਨਾ ਤਮਾਏ, ਕਿਤੇ ਮੰਗੈ ਜੋ ਦਾ ਪਾਰ, ਕਿਤੇ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੈ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਦੁੱਖ ਭੁੱਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆਂ ਮੋਹੇ ਖਾਏ, ਆਪੇ ਜਾਣੈ ਆਪੇ ਦੇਹ, ਆਖੈ ਸੇ ਪੇ ਕੇ ਕੇ, ਜਿਸ ਨੋਂ ਬਖਸੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਮੁੱਲ ਲੈ ਜਾਹੇ, ਅਮੁੱਲ ਪਾਏ ਮੁੱਲ ਸਮਾਹੇ, ਅਮੁੱਲ ਧਰਮ ਮੁੱਲ ਦੀਵਾਣ, ਅਮੁੱਲ ਤੁਲ ਅਮੁੱਲ ਪ੍ਰਮਾਣ, ਅਮੁੱਲ ਬਖਸ਼ੀਸ ਮੁੱਲ ਨੀਸਾਣ, ਅਮੁੱਲ ਕਰਮ ਅਮੁੱਲ ਫੁਰਮਾਣ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰਹਿ ਵਖਿਆਣ, ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਬਿੰਦ, ਆਖੈ ਈਸਰੇ ਆਖੈ ਸਿੱਧ, ਆਖੈ ਕੀਤੇ ਕੀਤੇ ਬੁੱਧ, ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁਨ ਜਨ ਸੇਵ, ਕਿਤੇ ਆਖੈ ਆਖਣ ਪਾਹ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕੀਤੇ ਹੋਰ ਤੇਹ, ਦਾਖ ਨਾ ਸਕੈ ਕੇ ਕੇ, ਜੇਵੜ ਪਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਆ ਸਿਰ ਗਾ ਵਾਰਾਂ ਗਾ ਵਾਰ।
ਸੋ ਦਾਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦਾਂ ਨੇ ਇੱਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਈਨ ਕੇਤੇ ਗਾਵਣ ਹਾਰੇ ਗਾਵੈ ਤੁਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਜਾਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾਂ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਹੀ ਤੁਧਰੋਂ ਗਾਵੈ ਜੋਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾਂ ਪਾਤਸ਼ਾਹਿਬ ਨਾਨਕ ਰਹਿਣ ਰੁਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਵਿਭੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਨਿਧ ਸਿਧ ਅਵਰਾ ਸਾਧ ਸੰਜੋਗ ਵਿਯੋਗ ਦੋਇ ਕਾਰ ਚਲਾਵ ਹੈ ਲੇਖੇ ਆਵੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਇਹ ਤੁਰਾਹੇ ਪਤ ਪਵੜੀਆ ਚੜਿਆ ਹੋਏ ਕੀਸ ਸੁਣ ਗੱਲਾਂ ਆ ਕਾਸਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀਏ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੈ ਸੋਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾੜਤ ਕੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੋਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘੜਤ ਘੜੀਆ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾ ਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਤਿੱਥੈ ਘੜੀਆ ਸੁਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਕੇ ਰੂਪ ਮੈਂ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ
ਵੇਖਿਆ ਵਿਕਸਿਆ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਪਾਓ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤੋ ਤਿਤਾਲ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਕਲ ਜਗਤ, ਚੰਗੇ ਆਈਆ ਬੁਰੇ ਆਈਆ, ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿੰਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ, ਜਿੰਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੇ ਭੀ ਸੱਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਵਤਾਰ, ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਪਾਰ, ਸਹਿ ਸਿਆਣ ਪਾਲਕ ਹੋਵੇ ਤਾਂ ਇੱਕ ਨ ਚੱਲੈ ਨਾਲ, ਕਿਵ ਸਚਿਆਰਾ ਬਿਨ ਪਾਗਾ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਪਰੀ ਜੈ ਜੀਓ, ਬਿਨ ਪਾਗਾ ਸੰਗਤ ਮੈਲ ਪਰੀ ਜੈ ਜੀਓ, ਹਰ ਜਨ ਸੰ ਮਿਲੋ ਮੇਰੇ ਪਾਸ,
ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀ ਜੈ ਜੀਓ ਬਿਨ ਪਾਗਾ ਸਤਸੰਗ ਨ ਲਭੈ ਭਾਗਹੀਣਾ
ਭਾਗਾ ਸਤ ਸੰਗ ਨਾ ਲਵੈ ਬਿਨ ਸੰਗਤ ਮੈਲ ਭਰੀ ਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ Mm-hmm.
ਗੁਰੂ ਅਰਜਨ ਦੇਵ ਜੀ ਮਹਾਰਾਜ ਕਿਤਨੀ ਵਿਨਮਰਤਾ ਵਿਨਮਰਤਾ ਕੇ ਪੁੰਜ ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ ਆਪਣੇ ਆਪ ਕੋ ਮੈਲਾ ਕਹਿ ਰਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ और हमें लगता है हमने तो कोई पाप ही नहीं किया। जिनकी एक दृष्टि से नरक खाली हो जाए वो कह रहे हैं कि हम मैले। प्यार से बोलिए धन गुरना धन गुरना। पांचवें गुरु नानक हमें समझा रहे हैं, हमें सिखा रहे हैं। बच्चे को पहले पहले हाथ पकड़ कर लिखवाना पड़ता है। प्यार से बोलिए धन गुरु नानक धन गुरु। इसी प्रकार मैले वो नहीं मैले हम हैं। हमें सिखाया है कि विनम्रता। प्यार से बोलिए धन गुरु नानक धन गुरु। और ये तो सच ही है। विनम्रता तो उसे कहते हैं कि हम मैले ना हो और खुद को मैला कहें। हम तो मैले हैं। प्यार से बोलिए धन गुरु नानक धन गुरु नानक धन गुरु नानक धन गुरु नानक। हम गुरु नानक से ये अरदास करें हम मैले तुम उजल करते हैं। प्यार से बोलिए धन गुरु नानक धन। हम निर्गुण, मेरे में कोई गुण नहीं, तू गुणों को देने वाला दाता है। प्यार से बोलिए धन गुरु नानक धन। गुण भरने वाला दाता है,
मेरे में कोई गुण नहीं। प्यार से बोलिए धन गुरु नानक। धन गुरु नानक। हम मूर्ख तुम चतुर सियाणे, तू सबसे सियाणा है और मैं सबसे बड़ा मूर्ख। प्यार से बोलिए धन गुरु नानक। तू सर्व कला का ज्ञाता, सर्व कला समर्थ स्वामी, सर्व कला डोलन ते राखो प्रभु सर्व कला, नानक देकर हथ। प्यार से बोलिए धन गुरु नानक। सर्व कला समर्थ, जिसके हाथ में सब कुछ है, सारी शक्तियां सारी ताकतें, वो है सर्व कला समर्थ। प्यार से बोलिए धन गुरु नानक। धन गुरु नानक। 16 कला 21 कला गुरु नानक पाशु को कहते हैं सर्व कला समर्थ। प्यार से बोलिए धन गुरु नानक। धन गुरु नानक। माधो हम ऐसे तू ऐसा, हे मेरे वाहेगुरु मेरे गुरु नानक, मैं ऐसा हूँ और तू वैसा है। तो सोना नाथ अनाथ न मोसा, तो सोना दानी न मोसो भिखारी। प्यार से बोलिए धन गुरु नानक। हम पापी तुम पाप खंडन, निको ठाकुर देसा। प्यार से बोलिए धन गुरु नानक। हम पापी, हम पाप करने वाले पापी, तो पापों को मिटाने वाला। प्यार से बोलिए धन गुरु नानक। धन गुरु नानक। धन गुरु नानक। तुम सब साजे साज निवाजे, जियो पिंड दे प्राणा। निर्गुण यारे गुण नहीं कोई, तुम दान दियो मेहरबाना। सारे सृष्टि को साजने वाला तू, मुझे साजने वाला तू, मुझ में कोई गुण नहीं। निर्गुण यारे गुण नहीं कोई, तुम दान दियो मेहरबाना। तुम करो भला हम भलो ना जानो। प्यार से बोलिए धन गुरु नानक। तुम करो, ये पंक्तियां सारे साथ में उच्चारण कीजिए। तुम करो भला हम, तुम करो भला हम भलो ना जानो। ये कितनी गहरी विचार है इस पंक्ति की। प्यार से बोलिए धन गुरु नानक। फिर से सुनिए इस पंक्ति कितनी, मतलब हम सब पर यह पंक्ति पूरी तरह से फिट होती है। प्यार से बोलिए धन गुरु नानक। तुम करो भला हम भलो ना जानो, तू मेरे साथ भला करता है पर मैं उसे भला नहीं मानता। प्यार से बोलिए धन गुरु नानक। धन गुरु नानक। तुम करो भला, तू मेरे साथ भला करता है पर मैं उसे बुरा जानता हूँ, भला नहीं जानता। मैं इतना अज्ञानी हूँ, इतना मूर्ख हूँ। प्यार से बोलिए धन गुरु नानक। धन गुरु नानक। तुम करो भला हम भलो ना जानो, तू मेरे साथ भला करता है और मैं तुझसे नाराज हो जाता हूँ। तू मेरी अरदास कबूल नहीं करता क्योंकि उसमें मेरे नुकसान है। तू मुझसे प्रेम करता है, बच्चा आग में हाथ डालता है आग चमकती है, माता रुकती है, बच्चा नाराज होता है कि माँ को क्या तकलीफ है। फिर से बोलिए धन गुरु नानक। मैं खेलना चाहता हूँ आग से, माँ को पता है जल जाएगा, बच्चे को समझ नहीं है, वो रोता है, माँ को दुश्मन समझता है। प्यार से बोलिए धन गुरु नानक। धन गुरु नानक। हमारा भी वही हाल है, तुम करो भला हम भलो ना जानो। हमारा वीजा नहीं लगा, रोना धोना शुरू। सीए में पास नहीं हुए, रोना धोना शुरू। तुम करो भला हम भलो ना जानो। हमारे मन का अगर कुछ नहीं हो रहा
अरदास कर रहे हैं वो नहीं कर रहा, क्योंकि हमारे लिए आग है वो। हम रोते हैं, हम बेमुख हो जाते हैं कि भगवान है ही नहीं। फिर जो बोलिए धन गुरु नानक, क्या लाभ हुआ अमृत ले उठने का, क्या लाभ हुआ नाम जपने का, पास तो हुए नहीं। फिर जो बोलिए धन गुरु नानक, धन गुरु नानक। सचिन तेंदुलकर खुद कहता है अगर मैं फेल ना होता तो आज मैं सचिन तेंदुलकर ना होता। फिर से बोलिए धन गुरु नानक। हमें क्या पता कि किस में क्या रमज है, वो हमारे साथ भला करता है, हमारी बात नहीं मानता, सारी बातें नहीं मानता, क्योंकि उसमें हमारा नुकसान है। प्यार से बोलिए धन गुरु नानक, धन गुरु नानक। पर हम भलो ना जानो, प्यार से बोलिए धन गुरु नानक, धन। उसके बावजूद भी हम उससे नाराज होते हैं, उसे बुरा भला कहते हैं, फिर भी तुम सदा सदा दयाला, वो फिर भी दया करता है, दया करना नहीं छोड़ता, क्योंकि दया करना उसका स्वभाव है, उसका बिरद है। प्यार से बोलिए धन गुरु नानक, धन गुरु नानक, धन गुरु नानक, धन गुरु नानक। तुम करो भला हम भलो ना जानो, वो घटना तो मेरे ख्याल से सबने सुन रखी है, बचपन में हमको पढ़ाई में होती थी। ये एक राजा था, उसका अंगूठा कट गया तलवार चलाते हुए, तो मंत्री पास में खड़ा था, कहता है जो होता है अच्छा होता है। प्यार से बोलिए धन गुरु नानक, धन गुरु नानक। राजा को गुस्सा आ जाता है, भाई मेरा अंगूठा कट गया है पूरा, और कहता है कि जो होता है भला होता है, कहता तो मंत्री को जेल में डाल दो, मेरा मेरे बारे में अच्छा नहीं सोचता ये। प्यार से बोलिए धन गुरु नानक, धन गुरु नानक। दो तीन महीने बीतते हैं, राजा शिकार खेलने जाता है, भटक जाता है। बचपन में थर्ड या फोर्थ स्टैंडर्ड में ये कहानी हमें सुनाई जाती थी। प्यार से बोलिए धन गुरु नानक, धन गुरु नानक। जंगल में अपने सैनिकों से अलग हो जाता है, आदिवासी पकड़ लेते हैं। प्यार से बोलिए धन गुरु नानक, धन गुरु। के बलि देनी है, एक आदमी मिल गया, वो बलि देनी थी, तैयार किया बलि देने के लिए। जैसे ही बलि देने लगे, ध्यान गया इसका अंगूठा नहीं है। प्यार से बोलिए धन गुरु नानक, धन गुरु नानक। कटा हुआ है, कहने के इसकी बलि नहीं दी जा सकती, खंडित शरीर की बलि देंगे तो खुश नहीं होगी माता। प्यार से बोलिए धन गुरु नानक, धन गुरु नानक। छोड़ दिया। राजा हैरान हुआ, वापस आया, मंत्री को जेल से निकाला, कहने लगा तू सच कहता था, अगर मेरा अंगूठा नहीं कटा होता मैं तो मर जाता। प्यार से बोलिए धन गुरु नानक, धन गुरु नानक। इस कटे हुए अंगूठे ने मुझे बचा लिया, इसलिए जो होता है अच्छा होता है। अब मंत्री से पूछता है मेरा तो भला हुआ, तेरा क्या भला हुआ? तू कहता है जो होता है अच्छा होता है, तू 2-3 महीने जेल में रहा, तेरा क्या भला हुआ? कहने लगा राजा मेरा भी बहुत भला हुआ, हमेशा तो मुझे अपने साथ लेके जाता है, वहाँ पे भी मैं तेरे साथ ही होता, तू बच जाता मेरी बलि चढ़ जाती। प्यार से बोलिए धन गुरु नानक, धन गुरु नानक, धन गुरु नानक। तो जो होता है तुम करो भला हम, पर ये दुनियावी कहानी है सत्संग, जिसको ध्यान से समझना, दुनियावी कहानी 100% सही नहीं होती, इसके कई पहलू। हर एक के साथ जब उसकी बात पूरी नहीं होती तो हर एक के साथ भला नहीं होता और हर एक के साथ बुरा भी नहीं होता। प्यार से बोलिए धन गुरु नानक, धन गुरु। इसको थोड़ा गहराई से समझना, हम ऐसे ही कहते जाएं कि जो होता है अच्छा होता है, कोई कुछ बनना चाहता है नहीं बना अच्छा होता है। प्यार से बोलिए धन गुरु नानक, हर एक के साथ नहीं होता। इस पॉइंट को थोड़ा सा समझ लें, जो अमृत वेले उठकर नाम जपता है, नित्य नेम करता है, उसके साथ जो होता है वो परमात्मा करता है। प्यार से बोलिए धन गुरु नानक, धन गुरु। ये 100% सच है, लिख लो अपने दिमाग में, डाल लो। हम गुरु हमसे अमृत वेला करवा रहे हैं, नित्यनेम संभलवा रहे हैं, हमारे साथ जो कुछ होगा वो अच्छा ही होगा। प्यार से बोलिए धन गुरु नानक, गलत हो ही नहीं सकता, क्योंकि हमारे साथ हो नहीं रहा, वो कर रहा है।
अगर कोई अमृत वेले नहीं उठता है, नाम ही नहीं जपता, गलत काम करता है, सबका इसको दुखी करने का काम करता है, बहुत सारे लोग होते हैं उनका पेशा ही होता है दुखी करना, प्यार से बोलिए धन गुरु नानक, धन गुरु नानक, ब्लैकमेलर्स ये सब, अभी इनके साथ जो होगा वो अच्छा होगा, नहीं, प्यार से बोलिए धन गुरु नानक, जो किसी का हक मार के खाता हो उसके साथ कैसे अच्छा होगा। बाबा नंद सिंह जी के वचन है, अगर कोई आदमी दूसरे को दुख देने के बारे में सोचता है, दुनिया की कोई ताकत उसे सुखी नहीं कर सकती, उसे दुख आएंगे ही आएंगे। कोई इंसान दूसरे को सुख देने की सोचता है, दुनिया की कोई ताकत उसे दुखी नहीं कर सकती। प्यार से बोलिए धन गुरु नानक। जो नाम नहीं जपते, जो अमृत वेले नहीं उठते, जो लोगों को परेशान करते हैं, उनके साथ जो होगा वो अच्छा नहीं हो सकता। प्यार से बोलिए धन गुरु नानक, धन गुरु नानक। अच्छा केवल उनके साथ होता है जिनके साथ भगवान है, जिसके साथ नाम है, जिसके पास गुरु नानक है। प्यार से बोलिए धन गुरु नानक, धन गुरु नानक, धन गुरु नानक। जिसके हृदय में राम नाम का सिमरन चल रहा है, उसके साथ जो होगा अच्छा होगा। प्यार से बोलिए धन गुरु नानक, धन गुरु नानक। तुम करो भला हम भलो न जानो, पर हम शिकायत करते हैं, सच में वो हमारे साथ भला ही करता है, ये विश्वास अटल है, सच्चाई है, गुरबाणी कह रही है। प्यार से बोलिए धन गुरु नानक, वाणी गुरु, गुरु है, गुरु साहिब जी कह रहे हैं तेरे साथ जो भी वो करता है, जो गुरु को प्यार करता है, गुरु जिससे प्यार करता है, उसके साथ वो जो भी करता है उसके भले के लिए ही करता है। पर हम मूर्ख इस ज्ञान को समझ नहीं पाते और हम भलो ना जानो। प्यार से बोलिए धन गुरु नानक। तुम सदा सदा दयाला, तो फिर भी दया करता है, हमारे अवगुण नहीं दिखता, जैसे एक माता अपने बच्चे के अवगुण नहीं दिखती। जैसे एक माता अपने बच्चे का कोई अवगुण नहीं चितारती, वैसे गुरु नानक भी हमारे अवगुण नहीं देखता। प्यार से बोलिए धन गुरु नानक, फिर से देता है दया का सागर, कोई नाराज भी हो जाए फिर भी देता है। प्यार से बोलिए धन गुरु नानक, धन गुरु नानक। दीनन की प्रतपाल करे नित संतु बार गनी मन गा, पच्छ पशु नग नाग नराधप सर्व समय सबको प्रतपाल। पोखत है जल में थल में पल में कल के नहीं कर्म बिचारे, दीन दयाल दयाल दो घन देखत है पर देत नहारे, देखत है पर देत नहारे। प्यार से बोलिए धन गुरु नानक, दीन दयाल दया निध दोखन देखत है, हमारे कसूर देख रहा है, हमारी बुराइयां देख रहा है, हमारे अवगुण देख रहा है, हमारे पाप देख रहा है, फिर भी देने से नहीं रुकता। प्यार से बोलिए धन गुरु नानक, दीन दयाल है, दीनों पर दया करने वाला है, हम दीन है, हम दीन पे खारी राम। प्यार से बोलिए धन गुरु नानक, धन गुरु नानक, धन गुरु नानक। दीनन की प्रतपाल करे नित संत उबार गनीमन गारे, संतों की रक्षा करता है और जो उन्हें परेशान करते हैं उन्हें खत्म कर देता है। प्यार से बोलिए धन गुरु नानक। पशु पशु नग नाग नराधप सर्व सभ्य सबको प्रतपाल है, पशुओं को पक्षियों को नाग को नराधप को सबको दे रहा है,
पोखत है जल में थल में पल में कल के नहीं कर्म बिचारे, जल के जीवों को दे रहा है, आसमान के पक्षियों को दे रहा है, हमें दे रहा है, किसी के कर्म नहीं देख रहा बुरे हैं कि अच्छे। प्यार से बोलिए धन गुरु नानक। फिर भी देता है दीन दयाल दयानिधि दोखन देखत है पर देत ना जा, पर फिर भी हम नहीं जानते। प्यार से बोलिए धन गुरु नानक। तुम करो भला हम भलो ना जानो, तुम सदा सदा दयाला। तुम करो भला हम भलो ना जानो, करो भला हम भलो ना जाने, तुम करो भला हम भलो ना जाने, करो भला हम भलो ना जाने, तुम सदा सदा दयाला, तुम सदा सदा दयाला, तुम सदा सदा दयाला, तुम सदा सदा दयाला, तुम सुखदाई पुरख विदा, तुम चतुर सियारे, हम मूरख मूरख, हम मूरख हम मूरख, तुम चतुर सियारे, तू सर्व कला का ज्ञाता, तू सर्व कला का ज्ञाता, तू सर्व कला तुम निधान अटल सुल्तान, अटल सुल्तान अटल पदवी,
तू ऐसा राजा है जिसका राज कभी खत्म ही नहीं होगा। प्यार से बोलिए धन गुरु नानक। सारी सृष्टि का राजा, राजन के राजा, महाराजन के महाराजा, तुम निधान अटल सुल्तान, जीव जंत सब जाचे, सारे जीव जंतु तुझसे ही मांगते हैं। कहो नानक यह हवाला, मेरी एक अरदास है। गुरु अर्जन देव जी महाराज हमें सिखा रहे हैं कि गुरु नानक पाशाह मेरी तेरे चरणों में एक अरदास है, बस एक कृपा कर दे, मेरा तभी पार उतारा हो सकता है क्योंकि मैं अत का मैला हूँ, अवगुणों से भरा हूँ, एक कृपा कर दे, मुझे संतों की संगत बख्श दे। प्यार से बोलिए धन गुरु नानक। राख संतन के पाछे, संतों का संग बख्श दे, पूर्ण संतों, पूर्ण महापुरुषों का, बाबा नंद सिंह जी जैसे महापुरुषों का संग बख्श दे, क्योंकि संतों की संगत में नाम जपना अपने आप हो जाता है। प्यार से बोलिए धन गुरु नानक। हम मैले तुम उजल करते, उजल करता है उसका नाम, संत जपाते हैं नाम। प्यार से बोलिए धन गुरु नानक। धन गुरु नानक। राम जो दाता मुकत को संत जपावे नाम, राख संतन के पाछे, संतों के साथ सुमत बख्श मिलती है संतों के संग में। बाबा नंद सिंह जी अक्सर एक बात कहा करते थे, अक्सर कहते जब माता के गर्भ में उल्टा लटका हुआ था ना, तो हर कोई अरदास करता था कि इस कुंभी नरक से मुझे बाहर निकाल। 84 लाख जोनियों में जानवर पशु पक्षी अरदास करते हैं, बेनती करते हैं कि हमारे बंधन काट दे, तरस कर, अब सहा नहीं जा रही इतनी सजाएं, तरले करते हैं, मिन्नते करते हैं कि एक बार हमें फिर से मनुष्य जन्म दे दे, हम दिन रात केवल नाम जपेंगे। प्यार से बोलिए धन गुरु नानक। दिन रात केवल नाम जपेंगे, और जैसे ही हमारा जन्म होता है, लिव छुड़की लगी तृष्णा, माया अमर वर्ताया। प्यार से बोलिए धन गुरु नानक। धन गुरु नानक। जैसे ही हमारा जन्म होता है, नाम जपना छोड़ के सब कुछ करते हैं। प्यार से बोलिए धन गुरु नानक। धन गुरु नानक। इस पॉइंट को समझने एक छोटी सी एक दृष्टांत है। एक बहुत अमीर आदमी, बहुत ज्यादा धनवान, जिसकी कई कई फैक्ट्रियां हैं, कहीं से गुजर रहा है, एक भिखारी देखा, भीख मांग रहा है, कुछ दे दो। भिखारी कहता है कुछ दे दो, भूख लगी है, खाने खाने कोई पैसे नहीं। वो सेठ कहता है कि इतना अमीर आदमी, कहता है तू नौजवान है, हट्टा कट्टा है, तेरा शरीर तंदुरुस्त है, फिर क्यों भीख मांग रहा है? कहने का कोई नौकरी नहीं मिलती, मजबूरी है, पढ़ा लिखा हूं पर नौकरी नहीं मिलती, भीख मांगने की नौबत आ गई। वो कहते मेरी कई फैक्ट्री है, आ मैं तुझे काम देता हूँ। प्यार से बोलिए धन गुरु नानक। वो कहता क्या काम करना पड़ेगा? कहने के बस फैक्ट्री में बहुत सारा सामान बनता है, पूरा ध्यान से अच्छे से बनवाना, और जहाँ भी बिकता है वहाँ पे बिकवाना है, वो पूरी टीम होती है, तो इन्हें मन से पूरा दिल से काम करना है। तो कहते हैं मेरा हिस्सा कितना होगा, कितनी तनख्वाह दोगे? प्यार से बोलिए धन गुरु नानक। धन गुरु नानक। वो इतना अमीर था, उसे परवाह नहीं थी, वो कहने लगा फिक्र मत कर, तू काम कर, मैं तुझे पार्टनर ही बना देता हूँ, तुझे तनख्वाह नहीं देता, तुझे हिस्सेदार बना देता हूँ। वो बहुत खुश हो जाता है, वह हिस्सेदारी। कहता है कितने परसेंट की? 2%, 5%, 10% मुझे दोगे कमाई में से? वो कहने लगा सेठ बहुत अमीर था, उसे फर्क ही नहीं पड़ता। वो कंधे पे हाथ रख के कहते तू फिक्र ही मत कर, 90% तू ले जा,
सिर्फ 10% मुझे दे देना। प्यार से बोलिए धन गुरु नानक, धन गुरु नानक, धन गुरु नानक, धन गुरु नानक। वो इतना खुश हो गया 90% मेरा, ऐसा कौन करता है। कहता आपका बहुत धन्यवाद, आपका मैं उपकार जिंदगी भर नहीं भूलूंगा। आपने मेरे लिए जो किया किसी ने भी नहीं किया, कोई नौकरी नहीं देता, आप पार्टनर बना रहे हो और पार्टनर इतनी बड़ी कंपनी का और उसमें भी 90% हिस्सा मेरा। प्यार से बोलिए धन गुरु नानक, धन गुरु नानक। खुश हो गया, मेहनत से काम किया, मेहनत से काम किया। 3-4-5 साल हो गए, सेठ आया, हिसाब दे दे, मेरा 10% दे दे। प्यार से बोलिए धन गुरु नानक, धन गुरु नानक। अब ये कहता है मेहनत मैं करूं, प्यार से बोलिए धन गुरु नानक, मेहनत मैं करूं, बेचू मैं, माल मैं बनू, तू वहां बैठा है और तुझे किस बात का 10% दूं। प्यार से बोलिए धन गुरु नानक। एक समा क्या था, थैंक यू कह रहा था कि मुझे 90% दिया, केवल 10% सेठ ने हिस्सा रखा, वो भी नहीं दे रहा तो इसे क्या कहेंगे, अकीर्त घन। प्यार से बोलिए धन गुरु नानक, इससे बड़ा कोई अकीर्त घन होगा। जिस सेठ ने खाना दिया, इतनी बड़ी जॉब दी, सब कुछ दिया, उसके पास हर चीज आ गई दुनिया की, 100 में से 10% देने को तैयार नहीं है सेठ को, उसे क्या कहेंगे अकीर्त घन। हम में और उसमें क्या फर्क है मुझे बताओ। प्यार से बोलिए धन गुरु नानक, हमें सब कुछ दिया, हाथ पांव दिए, 24 घंटे दिए, वो सिर्फ 10% मांगता है। 10% बाबा नानक सिंह जी कहते थे समय में से 2.5 घंटे बनते हैं अमृत वेले, वो भी हम रोते हैं 2.5 घंटे। प्यार से बोलिए धन गुरु नानक। मिन्नते कर रहे थे हमें जन्म दे दे, मनुष्य दही दे दे, मिन्नते कर रहे थे हम कि हमको जन्म दे दे, एक बार हम दिन रात नाम जपेंगे। आज वो कहता है दिन रात छोड़ तू 2.5 घंटे दे दे, हम कहते हैं वो कैसे दें। प्यार से बोलिए धन गुरु नानक। वो कहता है 10% कमाई का दसवंध दे दे, गरीबों को खिला दे, किसी भूखे का इलाज कर दे, किसी जरूरतमंद की मदद कर दे, हम कहते हैं हम मेहनत कर रहे हैं, हम कैसे 10% दे दें। प्यार से बोलिए धन गुरु नानक। दिया हुआ उसका शरीर, दिया हुआ उसका दिमाग, दिया हुआ उसका सब कुछ, उसका दिया हुआ, उसमें से हम 10% देने को तैयार नहीं, हमसे बड़ा कोई अकीर्त घन होगा। क्या फर्क है उस आदमी में, भिखारी में और हम में, अगर हम 2.5 घंटे गुरु को नहीं दे सकते, अब अपनी कमाई का 10% 100 में से 10% देने को हमें तकलीफ होती है, फिर भी हमें देता है, तुम करो भला फिर भी देता है, यह उसकी बढ़ियाई है। सबसे बड़ा यह उसकी बढ़ियाई है। पर अपने गिरेबान में हमें झांकना है, हम कहाँ खड़े हैं, क्योंकि मेरे पास इतने लोग आते हैं, 2.5 घंटा भाई साहब अमीर तले नहीं हो पाता, 1/2 घंटा चलेगा, 1 घंटा चलेगा, 5 बजे उठे चलेगा, चलने में क्या है, खुद सोचो 24 घंटे में से जिसने सब कुछ दिया है उसे हमें 10% नहीं, 10% भी कहाँ बनता है। बाबा नानक सिंह जी कहते थे 12 पलस बालपन बीते, 20 वर्ष का सपना क्यों, 20-25 साल तो ऐसे ही निकल जाते पढ़ाई में, बचते ही आधा जन्म है, 5% बनता है वो। संभालो, इसी प्रकार अकीर्त घन मत बनो। सबसे बड़ी गाली है अकीर्त घन, अकीर्त घन को बहुत बड़ी सजा है। प्यार से बोलिए धन गुरु नानक, धन गुरु नानक, धन गुरु नानक। इसकी बहुत बड़ी मिसाल दिया करते थे बाबा नानक सिंह जी, कि खोपड़ी है, खोपड़ी के अंदर मांस पड़ा हुआ है खून से लथपथ, एक वेश्या उसे लेके जा रही है पकाने के लिए और वो कपड़े से ढका हुआ है। किसी ने पूछा इतनी गंदी चीज को ढका क्यों है। प्यार से बोलिए धन गुरु नानक। एक तो इंसान की खोपड़ी, खोपड़ी के अंदर तूने मांस रखा है, उसको भी तू ढक के लेके जा रही है। बाबा नानक सिंह जी उदाहरण दिया करते थे, वेश्या कहती है नहीं ये मांस मेरे किसी खाने के काबिल नहीं रहेगा,
अगर किसी अकीर्त घन की इस पे नजर पड़ गई तो प्यार से बोलिए धन गुरु नानक। बाबा नंद सिंह जी समझाते थे अकीर्त घन इतना बुरा है कि घटिया से घटिया चीज पर भी उसकी नजर पड़ जाए वो चीज बर्बाद हो जाती है जो अकीर्त घन होते हैं। और कहते थे सबसे बड़ा कीर्त घन जो जन्म लेने के बाद नाम नहीं जपता। प्यार से बोलिए धन गुरु नानक। किसी के पैसे लेके मुकर जाए हम कैसे किस नजरों से उसे देखते हैं कि तेरी जरूरत के वक्त तेरी मदद की थी वापस देना तो छोड़ तू हमारा दुश्मन बन बैठा। प्यार से बोलिए धन गुरु नानक। और हम भी अकीर्त घनों में आ जाएंगे अगर कम से कम ढाई घंटे अमृत वाला नहीं संभाला और अपनी मेहनत की कमाई में से अगर 10% निकाल के गरीब जरूरतमंद की मदद नहीं की हम भी अकीर्त घन में आ जाएंगे। प्यार से बोलिए धन गुरु नानक। है ही सब कुछ उसका दिया ही है सब कुछ उसने और उसमें से देके हम अपने आप को अहंकार से भर लेते कि हम दे रहे हैं। नहीं भाई अगर वो नहीं देगा तू कहाँ से देगा। शुक्राना किया करो। बाबा श्याम सिंह जी वो घटना याद कर लिया करो जब भी किसी को कुछ देते थे झुक कर आंखें झुका कर देते थे कि सामने वाले को शर्म ना आ जाए आंखों में देख के मैं ले रहा हूँ। प्यार से बोलिए धन गुरु नानक। धन गुरु नानक। धन गुरु नानक। गुरु नानक मेहर करे हम अकीर्त घनों की लिस्ट में ना आ जाए उसकी। प्यार से बोलिए धन गुरु नानक। 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 मैं तो ऐसे ऐसे लोगों को जानता हूँ जो 16-16, 18-18 घंटे नाम जपते हैं। शुक्र है गुरु नानक का आपकी संगत में ऐसे लोग हैं। कितने सेवादारों को मैं जानता हूँ यहाँ पर जिनका जीवन 16-16, 18-18 घंटे केवल नाम जपना है और जो अपनी कमाई में से हिसाब ही नहीं लगाते दसवंध है क्या है जहाँ जरूरत है वहाँ लगा देते हैं कहते हैं गुरु ने ही दिया है। और जो ऐसे होते हैं उनको गुरु बरकत भी ऐसी देता है क्योंकि बाबा नंद सिंह जी के वचन है अगर कोई यहाँ पर देकर अपना जता दे कहते चार गुना तो फिर भी उसका हो जाता है। प्यार से बोलिए धन गुरु नानक। चार गुना फल तो उसको फिर भी मिलता है अगर जता दे किसी को कि मैं दिया हूँ मैं देता हूँ मैं दान करता हूँ कोई नाम लिखाते हैं चार गुना फल फिर भी मिलता है इसी संसार में इसी जन्म में अगले के नहीं। और कहते थे कोई देकर जताए ना छिपा दे छिपा के देना होता है ना क्योंकि एक मर्यादा होती है जाके दे छिपा के दे रजा के दे। प्यार से बोलिए धन गुरु नानक। धन गुरु ये तीन शर्तें जो पूरी कर लेते हैं उसे 70 गुना मिलता है। प्यार से बोलिए धन गुरु नानक। धन गुरु नानक। और मिलना न मिलने की बात तो सेकेंडरी है क्योंकि हम लालची हैं तो ये बातें करनी पड़ती हैं। असल में तो गुरु का हुक्म है ना गुरु गोविंद सिंह जी महाराज का हुक्म है। हुक्म है बात ही खत्म। प्यार से बोलिए धन गुरु नानक। धन गुरु नानक। धन गुरु नानक। हम मैले तुम उजल करते। उजल कैसे होंगे संतों की संगत में। क्लियर लास्ट में कह दिया राग संतन के पाछे बिना संतों की संगत के कोई उजला हो ही नहीं सकता। मैल पर मैल चढ़ती जाएगी उतरेगी नहीं। प्यार से बोलिए धन गुरु नानक। धन गुरु नानक। धन गुरु नानक। हम में तुम उजल हम में दे हम में दे हम में दे तुम उजल करते हम निर्गुण तू दाता हम निर्गुण तू दाता हम निर्गुण तू दाता I'm gonna
सर्व कला का ज्ञाता पातशाही दसवीं कवियो वाच बेनती चौपाई हमरी करो हाथ दे रचा पूरन होए चित के इच्छा तब चरणन मन रहे हमार अपना जान करो प्रत पारा हमरे दुष्ट सब है तुम कावो आप हाथ दे मोए बचावो सुखी बसे मोरो परवारा सेवक सिख सब कर तारा मोर अच्छा निज कर दे करिए सब रन को आज संगरिए पूरन होए हमारी आशा और भजन के रहे प्यासा तुम्हें छाड़ कोई और ना क्या जो पर चाहो सो तुम ते पाओ सेवक सिख हमारे तारिए चुन सत्र हमारे मारिए आप हाथ दे मुझे उभरिए अर्ध काल का त्रास नवरिए पूजो सदा हमारे पछा सो तुझ जो करियो रचा राख लियो मोए राखन हारे साहिब संत साहिब प्यारे दीन
ਦੀਨ ਬੰਧ ਦੁਸ਼ਟਨ ਕੇ ਹੰਦਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸਭ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋ ਕੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋ ਕੀਓ ਜਮਨ ਕਾਲ ਸਭ ਲੋਕ ਸਵਾਰਾ ਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਗ ਛਨ ਉਪਜਾਯੋ ਆਦ ਅੰਤ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰ ਸੇਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋਹਬਤ ਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਜਰ ਅਸਤੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਣੈ ਕੱਟ ਕੱਟ ਕੇ ਪਟ ਪਟ ਕੇ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰ ਤੂੰ ਕਬ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੇ ਬੋਝ ਉਤਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦਿ ਅਸੰਭ ਤਾਂਕਾ ਮੂੜ ਉਚਾਰਤ ਭੇਦਾ ਤਾਂਕੋ ਪੇਵ ਨ ਪਾਪਤ ਭੇਦਾ ਤਾਂਕੋ ਕਰਪਾਨ ਅਨਮਾਨਿਤ ਮਹਾ ਮੂੜ ਕਛ ਭੇਦ ਨ ਜਾਣੈ ਮਹਾਨ ਦੇਵ ਕੋ ਕਹਿ ਤੂੰ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨੈ ਪੈ ਆਪ ਆਪਣੀ ਬੁੱਧ ਹੈ ਜੇਤੀ ਅਦਿਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੈ ਕੁਜ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਅਨੰਤ ਪਇਓ ਰਾਵ ਕੈ ਕੋਪਾ ਅੰਡਜ ਜੇਰਜ ਸੇ ਤਜ ਕੀਨੀ ਕੁਜ ਖਾਨ ਬਹੁ ਰਚ ਦੇਨੀ ਕਹੋ ਕੋਲ ਰਾਜਾ ਹਵ ਬੈਠਾ ਸਮਟ ਪਿਓ ਸੰਤਰਿ ਬੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੇ ਅੰਭਵ ਅਵਰ ਅੱਛਾ ਮੇਰੀ ਤੁਮ ਕਰੋ ਸੁਖਿ ਵਾਰਿ ਅਸਿਤ ਸੰਗਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਣੀ ਪਰੈ ਕਹਿ ਦੁਸ਼ਟ ਦੁਖਤ ਹਵ ਮਰੈ ਉਰਕ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਵਾਰ ਤਿਐ ਆਕੇ ਕਾਲ ਨਿਕਟਨੇ ਐ ਰੱਛਾ ਹੋਇ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਕਰੇ ਤਤ ਕਾਲਾ ਕਿਰਪਾ ਦ੍ਰਿਸ਼ਟਨ ਜਾਇ ਨਿਹਰੋ ਆਕੇ ਤਾਪ ਤਨਕ ਮੋ ਹਰੋ ਔਰੇ ਦੁਸੀਦ ਕਰਮ ਸਭ ਹੋਈ ਦੁਸ਼ਟ ਛਾ ਛੈ ਸਕੇ ਨ ਕੋਈ ਇੱਕ ਵਾਰ ਜਿਨ ਤੁਮੇ ਸੰਭਾਰਾ ਆਦ ਪਾਸ ਤੇ ਤਾਏ ਜਿਨ ਨਰ ਨਾਮ ਤੇ ਹਾਰੋ ਕਹਾ ਦੁਸ਼ਟ ਲੋਕ ਤੇ ਰਹਾ ਖੜਗ ਕੇ ਤੁਮੈ ਸਰਣ ਤਿਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਡੋਰ ਮੋ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਖੜਗ ਕੇ ਤੁਮੈ ਸਰਣ ਤਿਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਡੋਰ ਮੋ ਸਹਾਈ ਦੁਸ਼ਟ ਦੁੱਖ ਤੇ ਲਿਓ ਰਾਮ ਕਲੀ ਮੁਹੱਲਾ ਤੀਜਾ ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਕਾ ਪਾਇਆ
ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਾਜੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਵੇਂ ਸੁਪਾਰੇ ਸੱਚੇ ਸਹਿਬ ਕਿਆ ਨਾਈ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਵਾਜੇ ਪੰਜ ਸ਼ਬਦ ਘਰ ਸਵਾਗੇ ਘਰ ਸਵਾਗੇ ਸ਼ਬਦ ਵਾਜੇ ਕੱਲਾ ਜਿ ਕਰਤਾਰੀਆਂ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਮਨ ਸੁਣੋ ਵੜ ਬਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ ਕਹਤੇ ਪਵਿੱਤ ਸਤਿਗੁਰੂ ਰਿਆ ਭਰਪੂਰੇ ਬਿਨਵੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਧੁਰੇ ਸਲੋਕ ਪਾਉਣ ਗੁਰੂ ਪਾਣੀ ਪਿਤਾ ਚੰਗਿਆਈਆਂ ਬੁਰਿਆਂ ਆਈਆਂ ਵਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੇ ਜਿਨੀ ਨਾਮ ਧਿਆਇਆ ਜਿਨੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਜੈ ਗੁਰੂ ਜੀ ਕੀ। ਅਬ ਹਮ ਮੰਤਰ ਜਾਪ ਕਰੇਂਗੇ। Oh।
ਜੈ ਗੁਰੂ ਜੀ ਕੀ।